ਪਿੰਡ ਬੂਟਾਹਾਰੀ ਵਿਖੇ NRI ਭਰਾਵਾਂ ਦੇ ਸਹਿਯੋਗ ਸਦਕਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਲੋਕਾਂ ਦੀ ਸਹਾਇਤਾ ਲਈ ਪਿੰਡ ਦੇ ਗੁਰੂ ਘਰ ਵਿੱਚ ਫ੍ਰੀ ਡਾਕਟਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਨਾਲ ਨਾਲ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਲੋਕਾਂ ਦਾ ਕਾਫੀ ਫਾਇਦਾ ਹੁੰਦਾ ਹੈ। ਇਹ ਜਿਹੜਾ ਗੁਰਦੁਆਰਾ ਕਮੇਟੀ ਨੇ ਇਹ ਉਪਰਾਲਾ ਕੀਤਾ ਮਰੀਜ਼ਾਂ ਨੂੰ ਗਰੀਬ ਮਰੀਜ਼ਾਂ ਦਾ ਉਪਚਾਰ ਕਰਨ ਵਾਸਤੇ, ਸਮਾਜ ਦੀ ਭਲਾਈ ਦੇ ਵਾਸਤੇ ਬਹੁਤ ਹੀ ਵਧੀਆ ਕੀਤਾ। ਲੇਕਿਨ ਇਹ ਜਿਹੜਾ ਪਿੰਡ ਬਟਾਰੀ ਦੇ ਵਿੱਚ ਗਰੀਬੀ ਸੀ, ਗਰੀਬ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ ਸੀ, ਬਹੁਤ ਹੀ ਗੁਰੇ ਹਾਲ ਸੀਗੇ। ਉਹਨਾਂ ਦਾ ਉਪਚਾਰ ਸਹੀ ਢੰਗ ਨਾਲ ਹੋਣ ਲੱਗ ਗਿਆ। ਜਿੰਨਾ ਵੀ ਕੇਰਲ ਫਰੀ ਤੋਂ ਵਧੀਆ ਇਲਾਜ ਕਰਾਇਆ, ਸਾਰੀ ਗੁਰਦੁਆਰਾ ਕਮੇਟੀ ਕਰ ਰਹੀ ਹੈ। ਇਹਨਾਂ ਦਾ ਪਿੰਡ ਸਮੂਹ ਨਿਵਾਸੀ ਦਾ ਬਹੁਤ ਬਹੁਤ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਗੁਰਦੁਆਰੇ ਵਿੱਚ ਸੇਵਾ ਕਰਨੀ। ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕੁਝ ਕੁ ਸਮਾਜਿਕ ਔਰਤੇ ਆਪਣੇ ਖਰਚਿਆਂ ਨੂੰ ਘਟਾ ਕੇ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ਦੇ ਵਿੱਚ ਗਰੀਬ ਲੜਕੀਆਂ ਦੇ ਵਿਆਹ ਵਾਸਤੇ ਮਾਇਕ ਸਹਾਇਤਾ ਅਤੇ ਲਾਵਾਰਸ ਲਾਸ਼ਾਂ ਦਾ ਸੰਸਕਾਰ ਕਰਨਾ। ਉੱਥੇ ਨਾਲ ਦੀ ਨਾਲ ਹੀ ਵੱਡਾ ਗੁਰਦੁਆਰਾ ਸਾਹਿਬ ਵਿਖੇ ਇੱਕ ਐਲੋਪੈਥੀ ਡਿਸਪੈਂਸਰੀ ਖੋਲ੍ਹੀ ਗਈ ਹੈ, ਜਿਹਦੇ ਨਾਲ ਇੱਕ ਹੋਮਿਓਪੈਥਿਕ ਡਿਸਪੈਂਸਰੀ ਵੀ ਚੱਲਦੀ ਹੈ, ਜਿਸ ਵਿੱਚ 10 ਰੁਪਏ ਦੀ ਪਰਚੀ ਲੈ ਕੇ ਇੱਕ ਹਫ਼ਤੇ ਦੀ ਦਵਾਈ ਦਿੱਤੀ ਜਾਂਦੀ ਹੈ। ਅਤੇ ਐਲੋਪੈਥੀ ਡਿਸਪੈਂਸਰੀ ਦੇ ਵਿੱਚ 20 ਰੁਪਏ ਦੀ ਦਵਾਈ ਪਰਚੀ ਕਟਾ ਕੇ ਡਾਕਟਰ ਸਾਹਿਬ ਚੈੱਕਅਪ ਕਰਕੇ ਦਵਾਈ ਦਿੰਦੇ ਹਨ। ਮਲੇਰਕੋਟਲਾ ਤੋਂ ਸੁੱਖਾ ਖਾਨ ਦੀ ਰਿਪੋਰਟ, ਚੈਨਲ 2।